ਇਹ ਮੇਰਾ ਕੈਮਰਾ ਮਿਲਿਆ ਥੋੜਾ ਕੁ ਕਾਂਢੀ ਹੈ ਤਾਂ ਕਰਕੇ ਨਾ ਔਖਾ ਸਬਸਕ੍ਰਾਈਬ ਮਿਸਤਰੀ ਐਵੇਂ ਕੱਚੇ ਹੋਏ ਥੋੜੇ ਜਿਹੇ ਕਿਉਂਕਿ ਆਪਣਾ ਬਾਈਕ ਹੋ ਗਿਆ ਅੰਨਾ ਤੁਹਾਨੂੰ ਥੋੜਾ ਬਹੁਤਾ ਫਰਕ ਲੱਗਿਆ ਜ਼ਿਆਦਾ ਫਰਕ ਨਹੀਂ ਪਿਆ ਆਹ ਦੇਖਣ ਨੂੰ ਵੀ ਦੋਹੇ ਬੇਕਾਰ ਲੱਗ ਰਹੇ ਹੈਗੇ 30 ਰੁਪੀਜ਼ 30 ਰੁਪੀਜ਼ ਆਹ ਕੋਲੀ ਆ ਗਈ ਬਾਹਰ ਹਾਂਜੀ ਤੇ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਕਿਵੇਂ ਹੋ ਸਾਰਿਆਂ ਨੇ ਘੈਂਟ ਹੋ ਅੱਜ ਆਪਾਂ ਕਰਾ ਕੇ ਲੈ ਆਏ ਆਪਣੇ ਬੁੱਟ ਦੀ ਛੋਟੀ ਮੋਟੀ ਮੋਡੀਫਿਕੇਸ਼ਨ ਕਰਾ ਕੇ ਲੈ ਕੇ ਆਏ ਹਾਂ ਅਤੇ ਆਪਾਂ ਕਰਾਇਆ ਗਿਆ ਇਹਦਾ ਸਿਲੰਸਰ ਵਿੱਚ ਪੁਆਈ ਆਪਾਂ ਨੇ ਆਪਣੀ ਰਬੜ ਤੁਹਾਨੂੰ ਤੁਸੀਂ ਪਿਛਲੇ ਵੀਡੀਓ ਵਿੱਚ ਦੇਖ ਲਿਆ ਹੁਣ ਆਪਾਂ ਇਹਦੇ ਵਿੱਚ ਪੁਆਇਆ ਸੀਗਾ ਸਿਲੰਸਰ ਛੋਟ ਬੋਟਲ ਮਿੰਨੀ ਪੰਜਾਬ ਉਹਦੇ ਵਿੱਚ ਆਪਾਂ ਪੁਆਈ ਅੱਜ ਰਬੜ ਇੱਥੇ ਤੁਹਾਨੂੰ ਆਪਾਂ ਨੇ ਆਵਾਜ਼ ਵੀ ਸੁਣਾਵਾਂਗੇ ਅਤੇ ਇਹਦਾ ਕਿੰਨਾ ਪ੍ਰਾਈਜ਼ ਆਏਗਾ ਉਹ ਵੀ ਤੁਹਾਨੂੰ ਦੱਸਾਂਗੇ ਅਤੇ ਕੀ ਫਾਇਦੇ ਨਾਲੇ ਅਤੇ ਕੀ ਨੁਕਸਾਨ ਆ ਉਹ ਵੀ ਤੁਹਾਨੂੰ ਦੱਸਾਂਗੇ ਅਤੇ ਆਵਾਜ਼ 'ਚ ਕਿੰਨਾ ਕੁ ਫਰਕ ਪਿਆ ਉਹ ਵੀ ਤੁਸੀਂ ਸੁਣੇ ਲਿਓ ਕਿੰਨਾ ਕੁ ਫਰਕ ਪਿਆ ਕਿੰਨਾ ਕੁ ਨਹੀਂ ਅਤੇ ਦੂਜੇ ਨੰਬਰ 'ਤੇ ਆਪਾਂ ਕਰਾਂਗੇ ਅਤੇ ਪਾਰਕਿੰਗ ਬੱਲਬ ਚੇਂਜ ਕਿਉਂਕਿ ਆਪਣਾ ਬਾਈਕ ਹੋ ਗਿਆ ਅੰਨਾ ਵੈਸੇ ਤਾਂ ਆਪਾਂ ਚੇਂਜ ਕਰਾਏ ਦੇ ਪਹਿਲਾਂ ਆਪਾਂ ਪਾਏ ਸੀਗੇ ਬਲੂ ਮਤਲਬ ਨੀਲੇ ਰੰਗ ਦੇ ਪਰ ਇੱਕ ਹੋ ਗਿਆ ਫਿਊਜ਼ ਠੀਕ ਹੈ ਜੀ ਆਪਾਂ ਲੈ ਆਏ ਦੋ ਰੰਗ ਇੱਕ ਲਾਲ ਅਤੇ ਇੱਕ ਨੀਲਾ ਠੀਕ ਹੈ ਜੀ ਦੋਨਾਂ ਵਿੱਚ ਦੇਖਾਂ ਕਿਹੜਾ ਵਧੀਆ ਲੱਗਦਾ ਕਿਹੜਾ ਨਹੀਂ ਅਤੇ ਬਾਕੀ ਮਿੱਤਰੋ ਹੁਣ ਕਈਆਂ ਨੇ ਕਹਿਣਾ ਬਈ ਪੈਸੇ ਵਧਾਉਣ ਦੇ ਚੱਕਰ 'ਚ ਆਪੇ ਕਰਨ ਲੱਗੇ ਵੀ ਅਤੇ ਪਾਰਕਿੰਗ ਮਤਲਬ ਚੇਂਜ ਆ ਉਹਨਾਂ ਨੂੰ ਵੀ ਆਪਾਂ ਪਹਿਲਾਂ ਹੀ ਦੱਸ ਦਈਏ ਅਤੇ ਕਿਉਂਕਿ ਜਿਹੜੇ ਸ਼ੋਪ ਬਾਈ ਤੋਂ ਆਪਾਂ ਕਰਾਉਣੇ ਸੀਗੇ ਚੇਂਜ ਉਹ ਇੱਕ ਤਾਂ ਬਾਈ ਬੀਜੀ ਸੀਗਾ ਅਤੇ ਦੂਜੇ ਨੰਬਰ 'ਤੇ ਪੈ ਰਿਹਾ ਸੀਗਾ ਮੀਂਹ ਅਤੇ ਤਾਂ ਕਰਕੇ ਬਾਈ ਬੀਜੀ ਹੋਣ ਕਰਕੇ ਯਾਰ ਮੀਂਹ ਪੈਣ ਕਰਕੇ ਆਪਾਂ ਉਹਨਾਂ ਤੋਂ ਆਪਾਂ ਬੱਲੇ ਲਿਆ ਸੀਗੇ ਉਹ ਆਪਾਂ ਆਪੇ ਕਰ ਲਾਂਗੇ ਚੇਂਜ ਬਾਕੀ ਨਾਲ ਦੱਸਾਂਗੇ ਤੁਹਾਨੂੰ ਬਈ ਨਵੇਂ ਮਾਡਲ ਦੇ ਕਿੱਦਾਂ ਕਰ ਸਕਦੇ ਹਾਂ ਆਪੇ ਘਰੇ ਬੱਲਬ ਚੇਂਜ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਇਹਦੇ ਹੁਣ ਬੱਲਬ ਚੇਂਜ ਠੀਕ ਹੈ ਜੀ ਇਹ ਚਾਬੀ ਪਾਣੇ ਕੱਢ ਲੈ ਸਭ ਕੁਝ ਆਪਣੇ ਇਹਦੇ ਵਿੱਚ ਦਿਆ ਹੁੰਦਾ ਇਹ ਟੂਲ ਬਾਕਸ ਦੇ ਵਿੱਚ ਆ ਵੀ ਗਿੱਲਾ ਹੋ ਗਿਆ ਮੇਰੇ ਚੱਕਰਾਂ ਦੇ ਬਾਕੀ ਆਪਾਂ ਨੇ ਵਿੱਚ ਇੱਕ ਕਲਿੱਪ ਲਾਉਂਗੇ ਬਈ ਜੇ ਮੀਂਹ ਪਿਆ ਕਾਫੀ ਜ਼ਿਆਦਾ ਜੀਰਕਪੁਰ ਦੇ ਵਿੱਚ ਇੱਥੇ ਤੱਕ ਆਪਣਾ ਸਾਰਾ ਬਾਈਕ ਦਾ ਡੁੱਬਾ ਅਤੇ ਉਹ ਆਪਾਂ ਵਿੱਚ ਕਲਿੱਪ ਲਾਵਾਂਗੇ ਪਹਿਲਾਂ ਤੁਸੀਂ ਉਹ ਕਲਿੱਪ ਦੇਖੋ ਫਿਰ ਤੁਸੀਂ ਆਹ ਦੇਖਿਓ ਸਾਰੇ ਟੂਲ ਬਾਕਸ ਹੈਗੇ ਇਹਦੇ ਵਿੱਚ ਜੋ ਵੀ ਚਾਬੀ ਬੰਨੇ ਆਪਾਂ ਨੂੰ ਚਾਹੀਦੇ ਹੈਗੇ ਸਭ ਕੁਝ ਹੈਗੇ ਪਰ ਆਪਾਂ ਨੂੰ ਇੱਕ ਚੀਜ਼ ਦਾ ਇਹਦੇ ਵਿੱਚ ਆਹ ਪੇਚਕਸਾ ਜ਼ਿਆਦਾ ਔਖਾ ਨਹੀਂ ਹੈ ਆਸਾਨ ਹੀ ਹੈ ਦੋ ਨਟ ਹੈ ਨਾ ਇੱਕ ਨਟ ਹੈਗਾ ਇਹਨੂੰ ਆਪਾਂ ਲੈਣਾ ਖੋਲ ਇਹ ਖੋਲ ਕੇ ਉਹ ਆ ਗਿਆ ਆਪਣੇ ਹੱਥ ਦੇ ਵਿੱਚ ਠੀਕ ਹੈ ਇਹਨੂੰ ਪਾ ਲਿਆ ਆਪਾਂ ਨੇ ਜੇਬ ਦੇ ਵਿੱਚ ਤਾਂ ਨਹੀਂ ਇੱਥੇ ਰੱਖ ਲੈਣ ਇੱਥੇ ਬਲਾਸ ਪਾ ਕੇ ਨਾ ਪੇਚਕਸ ਟੁੱਟ ਵੀ ਨਾ ਜਾਏ ਲੈ ਵੀ ਮਿੱਤਰਾਂ ਆਹ ਕੋਲੀ ਆ ਗਈ ਬਾਹਰ ਅਤੇ ਹੁਣ ਆਪਾਂ ਨੇ ਇਹਨੂੰ ਇੱਦਾਂ ਖਿੱਚੇ ਕੱਢ ਲੈਣਾ ਗਾ ਹੁਣ ਲਿਆ ਵੀ ਮਿੱਤਰਾਂ ਨਵੇਂ ਬਲਬ ਦੇ ਦੇ ਇਹ ਦੇਖੋ ਪਹਿਲਾਂ ਤਾਂ ਇਹ ਚੈੱਕ ਕਰ ਲਓ ਇਹ ਆਹ ਚੈੱਕ ਕਰੋ ਇਹ ਹੋ ਗਿਆ ਕਾਲਾ ਇਹ ਫਿਊਜ ਹੋ ਗਿਆ ਇਹ ਹੈਗਾ ਨੀਲਾ ਠੀਕ ਹੈ ਜੀ ਇਹ ਹੈਗਾ ਲਾਲ ਪਹਿਲਾਂ ਆਪਾਂ ਪਾਉਂਦੇ ਹਾਂ ਦੋਨੋਂ ਨੀਲੇ ਫਿਰ ਆਪਾਂ ਪਾਵਾਂਗੇ ਇੱਕ ਲਾਲ ਅਤੇ ਇੱਕ ਨੀਲਾ ਅਤੇ ਇੱਦਾਂ ਕਰਕੇ ਆਪਣਾ ਫਿੱਟ ਹੋ ਗਿਆ ਬਸ ਇਸ ਆਪਣਾ ਕੱਢਿਆ ਅਤੇ ਫਿੱਟ ਹੋ ਗਿਆ ਚਾਹੇ ਟੋਪੀ ਦਾ ਮੈਂ ਹੁਣ ਲਾ ਜੀ ਕਰੋ ਚੈੱਕ ਮਿੱਤਰੋ ਪਹਿਲਾਂ ਤਾਂ ਕਰੋ ਮਿੱਤਰੋ ਨੀਲੇ ਦੇ ਲੁੱਕ ਚੈੱਕ ਇਸ ਤੋਂ ਬਾਅਦ ਪਾਵਾਂਗੇ ਆਪਣਾ ਲਾਲ ਅਤੇ ਫਿਰ ਦੱਸਿਓ ਨਾਲ ਕਿਹੜੇ ਜ਼ਿਆਦਾ ਘੈਂਟ ਲੱਗਦੇ ਨੇ ਅਤੇ ਮਿੱਤਰੋ ਹੁਣ ਤਾਂ ਤੁਸੀਂ ਨਾ ਦੇਖ ਲਏ ਹੁਣ ਆਪਾਂ ਪਾਉਂਦੇ ਹਾਂ ਇੱਕ ਲਾਲ ਇੱਕ ਨੀਲਾ ਇਹਨੂੰ ਘੁਮਾ ਕੇ ਨਹੀਂ ਕੱਢਣਾ ਇਹਨੂੰ ਆਪਾਂ ਨੇ ਖਿੱਚ ਲੈਣਾ ਜਿਹੜੇ ਦੂਸਰੇ ਬੋਲਟ ਹੈ ਉਹਨਾਂ ਵਿੱਚ ਘੁਮਾ ਕੇ ਕੱਢਣਾ ਪੈਂਦਾ ਆਪਾਂ ਇਹਨੂੰ ਖਿੱਚ ਲਓ ਜਿਹੜੇ ਨਵੇਂ ਦੇ ਵਿੱਚ ਸਿੰਪਲ ਹੈ ਇਹਦਾ ਕੋਈ ਬੜਾ ਔਖਾ ਨਹੀਂ ਹੈ ਕੰਮ ਇਹ ਆਪਾਂ ਨੇ ਪਾ ਲਿਆ ਬਸ ਆਹ ਪੈ ਗਿਆ ਅਤੇ ਹੁਣ ਮਿੱਤਰੋ ਕਰੋ ਇੱਕ ਲਾਲ ਅਤੇ ਇੱਕ ਨੀਲਾ ਬੜਾ ਨਹੀਂ ਮਿੱਤਰੋ ਤੇ ਥੋੜ੍ਹੀ ਮਿਸਟੇਕ ਹੋ ਗਈ ਹੈ ਗਲਤ ਲੱਗ ਗਿਆ ਪੁੱਠਾ ਇਹਨੂੰ ਆਪਾਂ ਘੁਮਾ ਕੇ ਲਾ ਦਿੰਦੇ ਹਾਂ ਅਤੇ ਹੈਲ ਵੀ ਚੱਲਿਆ ਮਿਸਤਰੀ ਐਵੇਂ ਕੱਚੇ ਹੋਏ ਥੋੜ੍ਹੇ ਜਿਹੇ ਕਰੋ ਚੈੱਕ ਆਹਲੀ ਪ੍ਰੋਪਰ ਲੱਗਿਆ ਨਹੀਂ ਹੈਗਾ ਇਹਨੂੰ ਪ੍ਰੋਪਰ ਲਾ ਕੇ ਬਾਅਦ 'ਚ ਦਿਖਾਵਾਂ ਤੁਹਾਨੂੰ ਪਹਿਲਾਂ ਫਿਲਹਾਲ ਇੱਦਾਂ ਹੀ ਲੁੱਕ ਚੈੱਕ ਕਰ ਲਓ ਕਿਹੜੇ ਜ਼ਿਆਦਾ ਘੈਂਟ ਲੱਗ ਰਹੇ ਨੀਲਾ ਜ਼ਿਆਦਾ ਘੈਂਟ ਲੱਗ ਰਿਹਾ ਇੱਕ ਲਾਲ ਆ ਠੀਕ ਹੈ ਇਹ ਤਾਂ ਵੈਸੇ ਬੇਕਾਰ ਲੱਗ ਰਿਹਾ ਦੇਖਣ ਦੇ ਵਿੱਚੋਂ ਵੀ ਖੜ ਜਾਓ ਲਿਆ ਆਹ ਦੇਖਣ ਨੂੰ ਵੀ ਦੋਹੇ ਬੇਕਾਰ ਲੱਗ ਰਹੇ ਹੈਗੇ ਮਤਲਬ ਰੰਗ ਬਰੰਗੇ ਦੋਹੇ ਹੁਣ ਆਪਾਂ ਪਾਉਂਦੇ ਹਾਂ ਦੋਨੋਂ ਲਾਲ
ਕਰੋ ਚੈੱਕ ਮਿੱਤਰੋ, ਲਾਲ ਦੀ ਲੁੱਕ ਚੈੱਕ। ਤੇ ਮਿੱਤਰੋ ਹੁਣ ਨਾਲ ਇੱਕ ਚੀਜ਼ ਕਮੈਂਟ ਕਰਕੇ ਦੱਸਿਓ ਵੀ ਨੀਲੇ ਜ਼ਿਆਦਾ ਘੈਂਟ ਲੱਗ ਰਹੇ ਤੇ ਬੱਲਬ ਪਾਏ ਵੇ ਕਿ ਲਾਲ ਜ਼ਿਆਦਾ ਘੈਂਟ ਲੱਗ ਰਹੇ ਹੈਗੇ। ਬਾਕੀ ਫਿਲਹਾਲ ਤਾਂ ਆਪਾਂ ਲਾਲ ਹੀ ਪਾਵਾਂਗੇ ਕਿਉਂਕਿ ਆਪਾਂ ਨੇ ਨੀਲੇ ਤਾਂ ਜਦੋਂ ਆਪਾਂ ਬਾਈਕ ਲਿਆ ਉਧਰ ਪਾਏ ਵੇ, ਆਪਾਂ ਨੇ ਹੁਣ ਪਾਵਾਂਗੇ ਆਪਾਂ ਨੇ ਲਾਲ। ਲੈ ਮਿੱਤਰੋ ਆਹ ਲਾ ਦੇ ਆਪਣੇ ਇਹਦੀ ਜਿਹੜੀ ਪੱਤੀਆਂ ਜਾਂ ਮੁਰੇ ਵਾਲੀਆਂ। ਹੁਣ ਲੁੱਕ ਚੈੱਕ ਕਰੋ, ਮੈਂ ਵੀ ਦੇਖ ਲਵਾਂ ਦੂਰ ਤੋਂ। ਇੱਕ ਜੇ ਆਪਾਂ ਹੋਰ ਕਰਾਉਣ ਗਏ ਤੇ ਅੱਜ ਹੈਗੀਆਂ ਆਹ ਇੰਡੀਕੇਟਰ ਸਮੋਕ ਟੇਪ, ਉਹ ਵੀ ਪਰ ਹੋਈ ਨਹੀਂ ਹੈਗੀ ਮੀਂਹ ਦੇ ਕਰਕੇ, ਦੁਕਾਨ ਸੀਗੀ ਬੰਦ। ਬਾਕੀ ਜਿਹੜਾ ਸਮਾਨ ਆਪਾਂ ਕੱਢਿਆ ਉਹਨੂੰ ਦਿੰਦੇ ਆਪਾਂ ਨੇ ਸਾਂਭ। ਅਤੇ ਹੁਣ ਇਹ ਤੋਂ ਬਾਅਦ ਕਰਦੇ ਆਪਾਂ ਨੇ ਗੱਲ ਆਪਣੇ ਸਲੰਸਰ ਦੀ, ਜਿਹੜੀ ਆਪਾਂ ਲਏ ਹਾਂ ਰਬੜ ਨਵੀਂ, ਇਹਦੇ ਨਾਲ ਕੀ ਫਰਕ ਪਿਆ ਕੀ ਨਹੀਂ ਉਹ ਵੀ ਤੁਸੀਂ ਦੱਸਣਾ ਨਹੀਂ ਆਪਾਂ ਨੇ ਦੇਖ ਲਿਓ। ਅਤੇ ਹੁਣ ਆਪਾਂ ਮਿੱਤਰੋ ਗੱਲ ਕਰਦੇ ਹਾਂ ਇਹਦੇ ਸਲੰਸਰ ਜਿਹੜੇ ਆਪਾਂ ਲਿਆਏ ਹਾਂ ਰਬੜ ਪਵਾ ਕੇ। ਇਹਦਾ ਪਹਿਲਾਂ ਤੁਹਾਨੂੰ ਦੱਸ ਦਿਆਂ ਆਪਾਂ ਨੇ ਪ੍ਰਾਈਜ਼, ਉਹ ਸੀਗਾ 30 ਰੁਪਈਏ 30 ਰੁਪੀਜ਼, ਠੀਕ ਹੈ ਜੀ। ਅਤੇ ਹਾਂ ਸੱਚੀ ਕੋਟ ਜੀ ਆ 30 ਰੁਪੀਜ਼ ਉਹ ਨਹੀਂ, ਇਹਦਾ ਆਪਾਂ ਨੇ ਪ੍ਰਾਈਜ਼ ਦੱਸਣਾ ਭੁੱਲ ਗਏ। ਇਹਨਾਂ ਦਾ ਪ੍ਰਾਈਜ਼ ਸੀਗਾ ਕਿੰਨਾ ਪੈਣਾ ਗਾ ਆਪਾਂ ਨੂੰ ਯਾਰ? 60 ਰੁਪਈਏ ਦੋ। ਹਾਂ ਇਹਦਾ ਆਪਾਂ ਨੂੰ ਚਾਰਾਂ ਦਾ ਪ੍ਰਾਈਜ਼ ਪਿਆ ਸੀਗਾ 120 ਰੁਪਈਆ, ਮਤਲਬ ਕਿ 30 ਰੁਪਏ ਦਾ ਇੱਕ ਪੀਸ। ਇਹ ਸੀਗੀ ਆਪਣੀ 30 ਰੁਪਈਏ ਦੀ ਇਕੱਲੀ ਰਬੜ। ਇਹਦੇ ਨਾਲ ਤੁਸੀਂ ਵਾਚ ਚੈੱਕ ਕਰੋ ਨਾ, ਪਹਿਲਾਂ ਤੁਸੀਂ ਇਹ ਵਾਲੀ ਨਹੀਂ, ਪਹਿਲਾਂ ਤੁਸੀਂ ਦੂਸਰੀ ਵਾਚ ਚੈੱਕ ਕਰੋ ਜਿਹਦੇ ਵਿੱਚ ਆਪਾਂ ਨੇ ਰਬੜ ਨਹੀਂ ਪਾਈ ਵੀ, ਉਹ ਵਾਲੀ ਕਲਿੱਪ ਚੈੱਕ ਕਰੋ। ਕਰੇ ਚੈੱਕ ਆਵਾਜ਼, ਅਤੇ ਹੁਣ ਚੈੱਕ ਕਰੋ ਤੁਸੀਂ ਰਬੜ ਵਾਲੀ ਆਵਾਜ਼। ਰਬੜ ਵਾਲੀ ਆਵਾਜ਼ ਵੀ ਚੈੱਕ ਕਰ ਲਈ। ਦੋਨਾਂ ਵਿੱਚੋਂ ਸਾਨੂੰ ਕੀ ਡਿਫਰੈਂਸ ਲੱਗਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਨੀਚੇ। ਅਤੇ ਬਾਕੀ ਮਿੱਤਰੋ ਸਾਨੂੰ ਇਹਦੀ ਰਬੜ ਇੱਕ ਤਾਂ ਦੱਸਿਓ, ਨਾਲੇ ਰਬੜ ਰੱਖਣੀ ਚਾਹੀਦੀ ਕਿ ਨਹੀਂ ਉਹ ਵੀ ਦੱਸਿਓ ਸਾਨੂੰ। ਤਾਂ ਇਹਦੀ ਲੁੱਕ ਥੋੜ੍ਹੀ ਰਬੜ ਪਾ ਕੇ ਥੋੜ੍ਹੀ ਜ਼ਿਆਦਾ ਘੈਂਟ ਲੱਗੀ ਨਹੀਂ ਹੈਗੀ, ਤਾਂ ਕਰਕੇ ਸਾਡੀ ਸਲਾਹ ਤਾਂ ਉਹੀ ਹੈ ਵੀ ਨਾ ਰੱਖੀਏ ਇਹਨੂੰ। ਸਾਨੂੰ ਥੋੜ੍ਹਾ ਬਹੁਤਾ ਫਰਕ ਲੱਗਿਆ, ਜ਼ਿਆਦਾ ਫਰਕ ਨਹੀਂ ਪਿਆ, ਇਹ ਆਪਣਾ ਇੱਕ ਟੈਸਟ ਕਰਨਾ ਤਾਂ ਲਈ ਦੀ ਆਪਾਂ ਨੇ। ਬਾਕੀ ਇੱਕ ਆਪਾਂ ਨੇ ਲੈਣ ਗਏ ਸੀਗੇ ਇਹਦੇ ਵਿੱਚ ਇੱਕ ਆਉਂਦੀ ਹੈ ਵਿਸਲ, ਜਿਹੜੀ ਮਤਲਬ ਕਿ ਕਹਿੰਦੇ ਆ ਟਰਬੋ ਵਾਲੀ ਸੀਟੀ ਵੱਜਦੀ ਹੈ, ਜਿਹਦੇ ਵਿੱਚ ਵਿਸਲ ਡਿੱਗ ਆਉਂਦੀ ਜਿਹੜੀ ਉਹ, ਮੈਂ ਫੋਟੋ ਲਾ ਦੂੰਗਾ ਸਾਈਡ ਦੇ ਵਿੱਚ, ਉਹ ਚੈੱਕ ਕਰ ਲਿਓ। ਉਹ ਵੀ ਆਪਾਂ ਪਤਾ ਕਰਨ ਗਏ ਸੀਗੇ, ਮਤਲਬ ਪਤਾ ਕੀ ਲੈਣੇ ਗਏ ਤੇ, ਪਰ ਆਪਾਂ ਨੂੰ ਉਹ ਮਿਲੀ ਨਹੀਂ ਹੈਗੀ। ਜੇ ਤੁਸੀਂ ਉਹ ਵੀ ਕਮੈਂਟ ਕਰੋਗੇ ਤਾਂ ਉਹ ਵੀ ਆਪਾਂ ਔਨਲਾਈਨ ਔਡਰ ਕਰ ਦਾਂਗੇ, ਉਹ ਵੀ ਆਪਾਂ ਨੇ ਆਵਾਜ਼ ਸੁਣਾਵਾਂਗੇ ਉਹਦੀ ਵੀ ਸਾਨੂੰ ਲਾ ਕੇ ਵਿਸਲ ਵਾਲੀ। ਬਾਕੀ ਮਿੱਤਰੋ ਜੇ ਤੁਸੀਂ ਕਮੈਂਟ ਕਰੋ ਤਾਂ ਆਪਾਂ ਨਾ ਉਹ ਵੀ ਵਲੋਗ ਜ਼ਰੂਰ ਲੈ ਕੇ ਆਵਾਂਗੇ। ਬਾਕੀ ਫਿਲਹਾਲ ਤਾਂ ਘੈਂਟ ਹੈ, ਓਕੇ ਰਿਪੋਰਟ, ਲੁੱਕ ਵੀ ਘੈਂਟ ਬਣ ਗਈ ਆਪਣੀ। ਇੰਡੀਕੇਟਰ ਵੀ ਚੇਂਜ ਆਪਾਂ ਕਰਦੇ ਨਾ, ਇੰਡੀਕੇਟਰ ਕਰਿਆ, ਪਾਰਕਿੰਗ ਵੱਲ ਵੀ ਆਪਾਂ ਚੇਂਜ ਕਰਤੇ, ਅਤੇ ਇੱਕ ਪਾਉ ਜੀ ਆਪਣਾ ਰਬੜ। ਆਹੀ ਕੁਛ ਤਾਂ ਜਿਹੜੇ ਵਲੋਗ ਮਾ, ਹੋਰ ਆਪਾਂ ਸਟਿੱਕਰ ਵਗੈਰਾ ਲਵਾਉਣ ਗਏ ਤੇ ਉਹ ਮੀਂਹ ਦੇ ਕਰਕੇ ਲੱਗੇ ਨਹੀਂ ਹੈਗੇ, ਮੌਸਮ ਦੇ ਕੇ ਸਾਨੂੰ ਪਤਾ ਲੱਗਦਾ ਜੀ ਹੋਊਗਾ ਵੀ ਅੱਜ ਮੀਂਹ ਵਾਲਾ ਮੌਸਮ ਹੋ ਰਿਹਾ ਬਾਹਲੇ ਜ਼ਿਆਦਾ ਘੈਂਟ ਆ। ਦਿਖਾ ਦੇ ਇੱਕ ਵਾਰ ਚਾਰੇ ਪਾਸੇ ਵਾਲਾ ਮੌਸਮ। ਅਤੇ ਬਾਕੀ ਮਿੱਤਰੋ ਆਈ ਸਾਡੀ ਅੱਜ ਦੀ ਵੀਡੀਓ ਸੀਗੀ, ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਬਸਕ੍ਰਾਈਬ ਕਹੀਂ ਮਾੜਾ ਜਿਹਾ ਸਬਸਕ੍ਰਾਈਬ ਕਹੀਂ ਸਬਸਕ੍ਰਾਈਬ, ਠੀਕ ਹੈ ਸਬਸਕ੍ਰਾਈਬ ਕਰ ਦਿਓ ਮਿੱਤਰੋ। ਇਹ ਮੇਰਾ ਕੈਮਰਾ ਮਿਲਿਆ ਥੋੜ੍ਹਾ ਕੁ ਕੰਢ ਹੀ ਹੈ ਤਾਂ ਕਰਕੇ ਨਾ ਔਖਾ। ਬਾਕੀ ਠੀਕ ਹੈ ਮਿੱਤਰੋ ਸਬਸਕ੍ਰਾਈਬ, ਠੀਕ ਹੈ ਜੀ ਸੁਣ ਲਿਆ, ਕਰ ਦਿਓ ਚੈਨਲ ਸਬਸਕ੍ਰਾਈਬ, ਇੱਦਾਂ ਦੇ ਘੈਂਟ ਘੈਂਟ ਵੀਡੀਓ। ਚੱਲ ਠੀਕ ਹੈ ਯਾਰ, ਉਹ ਐਂਡਿੰਗ ਕਰ ਲੈਂਦੇ। ਅਤੇ ਬਾਕੀ ਮਿੱਤਰੋ ਆਪਾਂ ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ, ਬਾਏ ਬਾਏ, ਸਤਿ ਸ਼੍ਰੀ ਅਕਾਲ ਜੀ। ਹੋਰ ਦੱਸਿਓ ਆਪਾਂ ਕੀ ਮੋਟੀਵੇਸ਼ਨ ਕਰਾ ਸਕਦੇ ਇਹਦੇ ਵਿੱਚ, ਅਤੇ ਦੱਸਿਓ ਜ਼ਰੂਰ ਕਮੈਂਟ ਕਰਕੇ। ਹਮੇ ਦੱਸ ਦੇ ਯਾਰ, ਸਾਲੇ ਨੇ ਦੁਖੀ ਕਰ ਲਿਆ, ਕਮੈਂਟ ਕਮੈਂਟ ਕਹਿ ਗਿਆ ਧੀ ਚੋਦ ਕੇ ਕਰਦੇ ਐਂਡਿੰਗ ਹੁਣ। ਬਾਏ ਬਾਏ, ਸਤਿ ਸ਼੍ਰੀ ਅਕਾਲ ਜੀ ਮਿੱਤਰੋ, ਬਾਏ ਬਾਏ।